ਦੇਖੋ ਮੁੱਦਾ ਹੈਗਾ ਵਿੱਚ ਦੇਖੋ ਅੱਜ ਜਿਹੜਾ ਸਾਡਾ ਮੇਨ ਇਸ਼ੂ ਹੈ ਉਹ ਜਲੰਧਰ ਦੀ ਇਲੈਕਸ਼ਨ ਵਾਲਾ ਇਲੈਕਸ਼ਨ ਉਹ ਸਾਡੀ ਜਦੋਂ ਅਸੀਂ ਸਾਰੇ ਇਕੱਠੇ ਸੀ ਉਦੋਂ ਕੋਰ ਕਮੇਟੀ ਦੇ ਵਿੱਚ ਫੈਸਲਾ ਕੀਤਾ ਸਾਥ ਸੁਖਬੀਰ ਸਿੰਘ ਬਾਦਲ ਨੇ ਕਿ ਉੱਥੇ ਬੀਬੀ ਜਗੀਰ ਕੌਰ ਵਡਾਲਾ ਸਾਹਿਬ ਕੇ ਪੀ ਸਿੰਘ ਡਾਕਟਰ ਸੁੱਖੀ ਇਹ ਚਾਰ ਬੰਦੇ ਇੰਚਾਰਜ ਹੋਣਗੇ ਇਹ ਬੰਦਾ ਲੱਭਣਗੇ ਇਹ ਅਨਾਊਂਸ ਕਰਨਗੇ ਇਹੀ ਕੰਪੇਨ ਚਲਾਉਣਗੇ ਇਹ ਮੇਨ ਇੰਚਾਰਜ ਉੱਥੋਂ ਕੋਰ ਕਮੇਟੀ ਦੀ ਮੀਟਿੰਗ ਕਰਨ ਤੋਂ ਬਾਅਦ ਉਹ ਵਾਪਸ ਚਲੇ ਗਏ ਉਹਨਾਂ ਨੇ ਬੰਦਾ ਲੱਭਣਾ ਸ਼ੁਰੂ ਕੀਤਾ ਉਹਨਾਂ ਨੇ ਐਪਲੀਕੇਸ਼ਨਾਂ ਮੰਗੀਆਂ ਤਕਰੀਬਨ 10-15 ਐਪਲੀਕੇਸ਼ਨ ਉਹਨਾਂ ਕੋਲ ਆ ਗਏ ਉਹਨਾਂ ਦੇ ਵਿੱਚ ਉਹਨੇ ਸਕਰੀਨ ਕੀਤਾ ਕਿ ਕਿਹੜਾ ਉਹਨਾਂ ਨੇ ਇਹ ਬੀਬੀ ਜਿਹੜੀ ਸੁਰਜੀਤ ਕੌਰ ਆ ਉਹ ਕੈਂਡੀਡੇਟ ਚੁਣ ਲਈ ਸਾਡੀ ਸਾਬਕਾ ਇਹ ਐੱਮ ਸੀ ਵੀ ਹੈ ਇਹਦੇ ਘਰ ਵਾਲਾ ਵੀ ਸਾਰੀ ਜ਼ਿੰਦਗੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਿਹਾ ਗਰੀਬ ਪਰਿਵਾਰ ਹੈ ਪਰ ਮਿਹਨਤੀ ਪਰਿਵਾਰ ਹੈ ਇਹਨਾਂ ਨੇ ਉਹਦੀ ਕੰਪੇਨ ਸ਼ੁਰੂ ਕਰਨੀ ਸ਼ੁਰੂ ਕਰਤੀ ਕਾਗਜ਼ ਪੜ੍ਹਨੇ ਸ਼ੁਰੂ ਕਰਤੇ ਸਾਰਾ ਕੁਝ ਠੀਕ ਹੋ ਗਿਆ ਲਾਸਟ 'ਤੇ ਆ ਕੇ ਉਹਨੂੰ ਸਿੰਬਲ ਦੇਣਾ ਸੀ ਅਥਾਰਟੀ ਲੈਟਰ ਦੇਣਾ ਸੀ ਸਾਥ ਸੁਖਬੀਰ ਸਿੰਘ ਬਾਦਲ ਨੇ ਅਥਾਰਟੀ ਲੈਟਰ ਹੀ ਭੇਜ ਉਹਨਾਂ ਨੂੰ ਅਥਾਰਟੀ ਲੈਟਰ ਵੀ ਮਿਲ ਗਿਆ ਉਹਨਾਂ ਨੂੰ ਚੋਣ ਨਿਸ਼ਾਨ ਮਿਲ ਗਿਆ ਚੋਣ ਨਿਸ਼ਾਨ ਮਿਲਣ ਤੋਂ ਬਾਅਦ ਦੇ ਵਿੱਚ ਉਹ ਨਹੀਂ ਪਤਾ ਵੀ ਕੀ ਕਾਰਨ ਸੀ ਕੀ ਨਹੀਂ ਜਿੱਦੇ ਕਾਗਜ਼ ਵਾਪਸ ਲੈਣੇ ਸੀ ਉਹਦੇ ਸਾਥ ਸੁਖਬੀਰ ਸਿੰਘ ਬਾਦਲ ਨੇ ਸੁਨੇਹਾ ਭੇਜਤਾ ਕਿ ਵੀ ਤੁਸੀਂ ਕਾਗਜ਼ ਵਾਪਸ ਲੈ ਲਓ ਅਤੇ ਨਾਲ ਹੀ ਜਿਹੜੇ ਉੱਥੇ ਪ੍ਰਧਾਨ ਸਾਹਿਬ ਨੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹੇ ਦੇ ਉਹ ਉਹਨਾਂ ਦੇ ਜਾਰੀ ਸਾਈਨ ਕਰਕੇ ਆਪਾਂ ਅਖਬਾਰਾਂ ਸਾਰਿਆਂ 'ਚ ਪੜ੍ਹੀ ਹੈ ਅਖਬਾਰਾਂ ਦੇ ਵਿੱਚ ਆਇਆ ਸਾਈਨ ਕਰਕੇ ਉਹਨਾਂ ਦੇ ਕਾਗਜ਼ ਵਾਪਸ ਚਲਾਉਣ ਦੇ ਉਹ ਕਾਗਜ਼ ਹਾਲੇ ਵਾਪਸ ਲੈ ਹੀ ਰਹੇ ਸੀ ਇਹਨੇ ਉਹ ਬੀਬੀ ਚਲੀ ਗਈ ਕਿ ਨਹੀਂ ਜੀ ਮੈਂ ਕਾਗਜ਼ ਤਾਂ ਵਾਪਸ ਲੈਣੇ ਨਹੀਂ ਆਪਣੇ ਅਤੇ ਉਹ ਗੱਲ ਚੱਲੀ ਵੀ 420 ਦਾ ਕੇਸ ਬਣਦਾ ਜੇ ਤੁਸੀਂ ਕਿਸੇ ਬੰਦੇ ਦੇ ਗਲਤ ਸਾਈਨ ਕਰਕੇ ਗਲਤ ਅਥਾਰਟੀ ਲੈ ਕੇ ਗਲਤ ਕਾਗਜ਼ ਵਾਪਸ ਕਰਦੇ ਹੋ ਚਲੋ ਫਿਰ ਉਹ ਕਹਿ ਕੇ ਉੱਥੋਂ ਦੌੜ ਗਏ ਅਤੇ ਫਿਰ ਇਹਨਾਂ ਨੇ ਅਨਾਊਂਸ ਕਰਤਾ ਕਿ ਵੀ ਆਪਾਂ ਤਾਂ BSP ਦੇ ਕੈਂਡੀਡੇਟ ਦੀ ਸਪੋਰਟ ਕਰਨੀ ਹੈ ਉਹ ਤੁਸੀਂ ਬੀਬੀ ਦੀ ਸਟੇਟਮੈਂਟ ਪੜ੍ਹੀ ਹੋਣੀ ਹੈ ਵੀ ਮੈਂ ਗਰੀਬ ਜ਼ਰੂਰ ਹਾਂ ਪਰ ਮੈਂ ਜਲਾਲਤ ਨਹੀਂ ਸਹਿ ਸਕਦੀ ਸਾਡਾ ਕਿਰਦਾਰ ਹੈ ਕੋਈ ਸਾਡੇ ਲੋਕਾਂ ਦੇ ਵਿੱਚ ਸਾਡਾ ਆਧਾਰ ਹੈ ਕੋਈ ਵੀ ਹੁਣ ਜਦੋਂ ਤੁਸੀਂ ਮੈਂ ਟਿਕਟ ਵੀ ਦਿੱਤੀ ਹੈ ਤੁਸੀਂ ਚੋਣ ਨਿਸ਼ਾਨ ਵੀ ਦਿੱਤਾ ਹੈ ਹੁਣ ਸਾਰਾ ਕੁਛ ਅਸੀਂ ਸਾਰਿਆਂ ਨੂੰ ਕਹਿ ਵੀ ਲਿਆ ਅਸੀਂ 5 ਲੱਖ ਰੁਪਏ ਦੇ ਬੋਰਡ ਵੀ ਛਪਾ ਲਏ ਦੇਖੋ ਗਰੀਬ ਆਦਮੀ ਖਾਤੇ 5 ਲੱਖ ਰੁਪਇਆ ਬਹੁਤ ਬੜੀ ਅਮਾਊਂਟ ਹੁੰਦੀ ਹੈ ਅਤੇ ਅੱਜ ਤੁਸੀਂ ਕਹਿੰਦੇ ਸਾਨੂੰ ਵਾਪਸ ਕਰ ਲਓ ਆਪਾਂ BSP ਸਪੋਰਟ ਕਰਨੀ ਹੈ ਜੇ BSP ਸਪੋਰਟ ਵੀ ਕਰਨੀ ਸੀ ਤਾਂ ਜਿਹੜੇ ਬਾਕੀ ਰਹਿੰਦੇ ਨੇ ਚਾਰ ਦੇ ਵਿੱਚ ਕਿਤੇ ਨਾ ਕੋਈ ਕੰਪਰੋਮਾਈਜ਼ ਕਰ ਲੈਂਦੇ ਉਹ ਤੋਂ ਪਹਿਲਾਂ ਹੀ ਉਹਦੇ ਕਾਗਜ਼ ਵਾਪਸ ਕਰਾਉਣ ਦੀ ਜਿਹੜੀ ਗੱਲ ਸੀ ਉਹ ਕਿਸੇ ਦੇ ਵੀ ਹਜਮ ਨਹੀਂ ਅੱਜ ਹੁਣ ਮੈਨੂੰ ਨਹੀਂ ਪਤਾ ਕਿ ਸਾਥ ਸੁਖਬੀਰ ਸਿੰਘ ਬਾਦਲ ਜਿੱਥੇ ਤਕੜੀ ਚੋਣ ਨਿਸ਼ਾਨ ਹੈ ਉੱਥੇ ਉਹ ਜਦੋਂ BSP ਨੂੰ ਸਪੋਰਟ ਕਰਨਗੇ ਤਾਂ ਉਹਦਾ ਅਸਰ ਕੀ ਪਊਗਾ ਕਿ ਇੱਕ ਪਾਸੇ ਆਪਾਂ ਕਹਿੰਦੇ ਹਾਂ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹਾਂ ਅਤੇ ਦੂਜੇ ਪਾਸੇ ਆਪਾਂ ਤੱਕੜੀ ਨੂੰ ਛੱਡ ਕੇ ਆਪਾਂ BSP ਸਪੋਰਟ ਕਰ ਰਹੇ ਹਾਂ ਇਹ ਤਾਂ ਇਹ ਤੋਂ ਇਹੀ ਕਲੀਅਰ ਹੋ ਗਿਆ ਕਿ ਵੀ ਉਹ ਸ਼੍ਰੋਮਣੀ ਕਮੇਟੀ ਦੇ ਅਕਾਲੀ ਦਲ ਦੇ ਪ੍ਰਧਾਨ ਹੀ ਹੈ ਨਹੀਂ ਬਾਗੀ ਹੋ ਗਏ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਕੈਂਡੀਡੇਟ ਉਹਦਾ ਵਿਰੋਧ ਕਰ ਰਹੇ ਨੇ ਸੋ ਇਹ ਇਸ਼ੂ ਸੀ ਸਾਡਾ ਮੇਨ ਉਹਨਾਂ ਨੇ ਆਪ ਹੀ ਕੀਤੇ ਹੋਣਗੇ ਜੀ ਜਿਹੜੇ ਪ੍ਰਧਾਨ ਸਾਹਿਬ ਨੇ ਉੱਥੇ ਜਿਹੜੇ ਉਹ ਸਾਡੇ ਲੋਕਲ ਪ੍ਰਧਾਨ ਨੇ ਜਿਹੜੇ ਦੇਖੋ ਅਸੀਂ ਅਸੀਂ ਇਹੀ ਮੰਗ ਕਰਦੇ ਹਾਂ ਅਸੀਂ ਤਾਂ ਇਲੈਕਸ਼ਨ ਲੜਾਂਗੇ
ਜੇ ਸ਼੍ਰੋਮਣੀ ਅਕਾਲੀ ਦਲ ਨੇ ਉਹਨੂੰ ਟਿਕਟ ਦਿੱਤੀ ਹੈ, ਪੰਥਕ ਬੰਦੇ ਹਾਂ ਅਤੇ ਇਲੈਕਸ਼ਨ ਲੜਾਂਗੇ, ਉਹਦੀ ਮਦਦ ਵੀ ਕਰਾਂਗੇ, ਫਾਈਨੈਂਸ਼ਲੀ ਮਦਦ ਵੀ ਕਰਾਂਗੇ, ਜਾ ਕੇ ਸਪੋਰਟ ਵੀ ਕਰਾਂਗੇ। ਅਤੇ ਦੇਖੋ ਫੈਸਲਾ ਲੋਕਾਂ ਨੇ ਕਰਨਾ, ਫੈਸਲਾ ਲੋਕਾਂ ਨੇ ਕਰਨਾ, ਪਰ ਸਾਡੀ ਜਿੱਥੇ ਤੱਕ ਡਿਊਟੀ, ਅਸੀਂ ਡਿਊਟੀ ਨੂੰ ਆਵਾਂਗੇ। ਸੁੱਕੜੀ ਚੋਣ ਸਾਂਝ ਲੜਾਂਗੇ ਮੈਂ। ਸਾਨੂੰ ਤਾਂ ਇਹੀ ਹੈਰਾਨਗੀ ਹੈ ਕਿ ਜਿਸ ਬੰਦੇ ਕੋਲ ਤੱਕੜੀ ਚੋਣ ਨਿਸ਼ਾਨ ਹੈ, ਸਾਹ ਸੁਖਬੀਰ ਸਿੰਘ ਬਾਦਲ ਉੱਥੇ ਵਿਰੁੱਧ, ਉਹਦੇ ਵਿਰੁੱਧ ਪ੍ਰਚਾਰ ਕਰ ਰਹੇ ਨੇ, ਕੀ ਆਪਾਂ ਉਹਨਾਂ ਨੂੰ ਪ੍ਰਧਾਨ ਮੰਨਾਂਗੇ? ਬਿਲਕੁਲ ਠੀਕ ਗੱਲ ਹੈ। ਪਹਿਲੀ ਗੱਲ ਤਾਂ ਇਹ ਹੈ, ਮਿੰਟੇ ਦਾ ਮੇਰਾ ਕੋਈ ਜਵਾਬ ਦੇਣਾ ਬਣਦਾ ਨਹੀਂ, ਉਹ ਕੋਈ ਐਡਾ ਬੜਾ ਲੀਡਰ ਨਹੀਂ ਬਣ ਗਿਆ। ਉਹ ਤਾਂ ਆਵੇ ਬਾਗੀ ਸੀਗਾ, ਕਾਂਗਰਸ 'ਚੋਂ ਆਇਆ ਸੀਗਾ, ਪਰ ਜਿੱਥੇ ਤੱਕ ਤਾਂ ਬੀ ਜੇ ਪੀ ਦੀ ਸਾਹ ਸੁਖਬੀਰ ਸਿੰਘ ਬਾਦਲ ਦੀ ਹੁਣ ਤੱਕ ਸਾਂਝੇ ਰਹੀ ਹੈ, ਲਾਸਟ ਤੱਕ ਵੀ ਉਹ ਕਰਦਾ ਰਿਹਾ। ਸਾਡੀ ਭੈਣ ਉੱਥੇ ਮੰਤਰੀ ਰਹੀ ਹੈ, ਉਹਦੇ ਨਾਲ ਆ ਕੇ ਉਹਨੇ ਕੋਰ ਕਮੇਟੀ ਦੇ ਵਿੱਚ ਇਹ ਵੀ ਗੱਲ ਕਹੀ ਹੈ ਕਿ ਮੈਂ ਪ੍ਰਾਈਮ ਮਿਨਿਸਟਰ ਸਾਹਿਬ ਕੋਲ ਗਿਆ ਸੀ, ਮੈਂ ਅਮਿਤ ਸ਼ਾਹ ਕੋਲ ਵੀ ਗਿਆ ਸੀ, ਉਹ ਕਹਿੰਦੇ ਨੇ ਕਿ ਵੀ ਅੱਧੀਆਂ ਸੀਟਾਂ ਲੈਣੀਆਂ ਨੇ, ਤੁਸੀਂ ਕਿਸਾਨਾਂ ਦੇ ਉਲਟ ਬੋਲੋ, ਤੁਸੀਂ ਬੰਦੀ ਸਿੰਘਾਂ ਦੇ ਉਲਟ ਬੋਲੋ। ਇਹ ਗੱਲ ਹੋ ਨਹੀਂ ਸਕਦੀ, ਇਹ ਗੱਲ ਪੋਸੀਬਲ ਨਹੀਂ। ਜੇ ਗੱਲ ਹੋਈ ਸੀ ਤਾਂ ਉਹਨਾਂ ਨੂੰ ਆ ਕੇ ਕੋਰ ਕਮੇਟੀ ਦੇ ਵਿੱਚ ਗੱਲ ਕਰਨੀ ਚਾਹੀਦੀ ਸੀ, ਉਹਨਾਂ ਨੂੰ ਆ ਕੇ ਗੱਲ ਕਰਨੀ ਚਾਹੀਦੀ ਸੀ ਕਿ ਵੀ ਤੁਸੀਂ ਆਹ ਗੱਲ ਹੋਈ ਆਪਾਂ ਕੀ ਕਹੀਏ। ਫਿਰ ਇਲੈਕਸ਼ਨ ਦੇ ਵਿੱਚ ਇਸ਼ੂ ਬਣਾਉਣਾ ਚਾਹੀਦਾ ਸੀ, ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਨਾ ਕੋਈ ਤਾਂ ਫਰਕ ਹੈ ਹੀ ਨਾ ਗੱਲ ਦੇ ਵਿੱਚ। ਜਿੱਥੇ ਤੱਕ 40 ਸਾਲ ਦੀ ਗੱਲ ਹੈ ਜਾਂ ਉਹਦੀ ਗੱਲ ਹੈ, ਮੈਨੂੰ ਅੱਜ 25 ਸਾਲ ਹੋ ਗਏ ਪਾਰਟੀ ਦੇ ਵਿੱਚ। 25 ਸਾਲ ਦੇ ਵਿੱਚ ਸਾਹ ਪ੍ਰਕਾਸ਼ ਸਿੰਘ ਬਾਦਲ ਮੈਨੂੰ ਬਹੁਤ ਜ਼ੋਰ ਦੇ ਕੇ ਲੈ ਕੇ ਆਇਆ ਸੀ ਪਾਰਟੀ ਦੇ ਵਿੱਚ। ਮੇਰਾ ਮਨ ਨਹੀਂ ਸੀ ਨਾ ਮੈਂ ਕਦੇ ਕੋਈ ਇਲੈਕਸ਼ਨ ਲੜੀ ਸੀ, ਉਹ ਤੋਂ ਪਹਿਲਾਂ ਮੈਂ ਕੋਈ ਕਦੇ ਇਲੈਕਸ਼ਨ ਲੜੀ ਨਹੀਂ ਸੀ। ਔਰ ਮੇਰਾ ਖਿਆਲ ਆ ਵੀ ਮੈਂ ਇਹ ਸਮਝਦਾ ਕਿ ਮੇਰੀ ਕੰਟਰੀਬਿਊਸ਼ਨ ਕੁਛ ਉਹਨਾਂ ਨਾਲੋਂ ਘੱਟ ਨਹੀਂ ਹੈ। ਹਰ ਮੋੜ ਦੇ ਉੱਤੇ ਪੂਰੀ ਮਦਦ ਕਰੀ ਹੈ, ਸ਼੍ਰੋਮਣੀ ਅਕਾਲੀ ਦਲ ਦੀ ਮਦਦ ਕਰੀ ਹੈ, ਜਿੱਥੇ ਜੋ ਹੁਕਮ ਲਾਉਂਦੇ ਰਹੇ ਉਹ ਅਸੀਂ ਪੂਰਾ ਕਰਦੇ ਰਹੇ। ਸਾਡੀ ਸ਼ਮੂਲੀਅਤ ਮੂਹਰਲੇ ਬੰਦਿਆਂ 'ਚ ਰਹੀ ਹੈ, ਚਾਹੇ ਉਹਨਾਂ ਨੇ ਸਾਨੂੰ ਫਾਈਨੈਂਸ਼ਲੀ ਕਿਹਾ, ਚਾਹੇ ਉਹਨਾਂ ਨੇ ਬੰਦੇ ਇਕੱਠੇ ਕਰਨ ਨੂੰ ਕਿਹਾ, ਜੋ ਵੀ ਕਿਹਾ। ਆਹ ਪਟਿਆਲੇ ਵਾਲਿਆਂ ਨੂੰ ਪੁੱਛ ਕੇ ਦੇਖੋ, ਜਦੋਂ ਬਾਦਲ ਸਾਹਿਬ ਇੱਥੇ ਮਿਊਂਸਪੈਲਟੀ ਦੀ ਇਲੈਕਸ਼ਨ ਸੀਗੀ, 5-5, 7-7 ਬੰਦਿਆਂ 'ਤੇ ਵੀ ਬਾਦਲ ਸਾਹਿਬ ਜਾਂਦੇ ਰਹੇ ਨੇ, ਅਸੀਂ ਉਹ ਇਕੱਠ ਕਰਦੇ ਰਹੇ ਹਾਂ। ਉਦੋਂ ਵੀ ਅਸੀਂ 1-2 ਸੀਟਾਂ ਜਿੱਤੀਆਂ ਸੀ, ਜੋ ਕਿ ਸਾਰਾ ਪੰਜਾਬ ਹੀ ਆਪਾਂ ਪਿੱਛੇ ਰਹਿ ਗਏ ਸੀ। ਸੋ ਜਿੱਥੇ ਤੱਕ ਤਾਂ ਪਾਰਟੀ ਸਰਪ੍ਰਸਤ ਨੇ ਸਾਡੇ ਵਿੱਚ ਵੀ ਵੱਡੀਆਂ ਕਈ ਹਸਤੀਆਂ ਸੀ ਜਿਨ੍ਹਾਂ ਨੂੰ ਕਈ ਅਖੋਲਾ ਕੀਤਾ ਗਿਆ ਹੈ ਨਾ ਅਕਾਲੀ ਦਲ ਵੱਲੋਂ, ਅੱਜ ਉਹ ਤੁਹਾਡੇ ਨਾਲ ਹੈ, ਕੱਲ ਨੂੰ ਜੇ ਤੁਹਾਡਾ ਆਪਸ ਦੇ ਵਿੱਚ ਹੋਊਗਾ ਕੀ ਉਹਨਾਂ ਲਈ ਸਟੈਂਡ ਲਓਗੇ, ਮੇਰਾ ਸਵਾਲ ਇਹ ਹੈ। ਨਹੀਂ ਨਹੀਂ ਦੇਖੋ, ਇਹ ਤਾਂ ਸਾਡੀ ਡਿਊਟੀ ਬਣਦੀ ਹੈ, ਫਰਜ਼ ਬਣਦਾ ਹੈ, ਜਿਹੜਾ ਬੰਦਾ ਸਾਡੇ ਨਾਲ ਅੱਜ ਜਾਂਦਾ ਆਉਂਦਾ ਹੈ, ਸਾਡਾ ਸਤਿਕਾਰ ਕਰਦਾ ਹੈ, ਉਹਦੇ ਲਈ ਸਟੈਂਡ ਲੈਣਾ ਸਾਡੀ ਡਿਊਟੀ ਨਹੀਂ ਬਣਦੀ, ਫਰਜ਼ ਬਣਦਾ।